ਇੱਕ ਮੈਟਰੀਮੋਨੀਅਲ ਡਿਸਪਿਊਟ ਸੀਗਾ ਜੀ, ਮਨਜੀਤ ਸਿੰਘ ਤੇ ਸੋਨੀਆ ਕੌਰ ਜਿਹੜੀ ਲੜਕੀ ਹੈ, ਉਹ ਦੋਨਾਂ ਪਰਿਵਾਰਾਂ ਦਾ ਡਿਸਪਿਊਟ ਚੱਲਦਾ ਸੀ ਆਪਸ ਦੇ ਵਿੱਚ, ਤੇ ਉਸ ਨੂੰ ਲੈ ਕੇ ਕੱਲ ਰਾਤ ਲੜਾਈ ਹੋਈ ਹੈ, ਚਾਰ ਬੰਦੇ ਜ਼ਖਮੀ ਹੋਏ ਆ, ਉਹਨਾਂ ਦਾ ਬਿਆਨ ਲਿਖ ਕੇ ਅਗਲੀ ਕਾਰਵਾਈਆਂ ਮਚ ਲਿਆਂਦੀ ਹੈ। ਨਹੀਂ, ਜੋ ਮਨਜੀਤ ਸਿੰਘ ਹੈ ਜੀ, ਉਹ ਲੜਕਾ ਤੇ ਜਿਹੜੀ ਸੋਨੀਆ ਕੌਰ ਹੈ ਲੜਕੀ ਹੈ, 5-6 ਸਾਲ ਵਿਆਹ ਨੂੰ ਹੋ ਚੁੱਕੇ ਆ, ਇੱਕ ਬੇਟੀ ਵੀ ਇਹਨਾਂ ਦੇ। ਉਹ ਜਿਹੜੀ ਸੋਨੀਆ ਕੌਰ ਅਫਸਲ ਨਗਰ ਰਹਿੰਦੀ ਹੈ, ਤੇ ਕੁਛ ਦਿਨ ਪਹਿਲਾਂ ਕੁਛ ਮਾੜਾ ਮੋਟਾ ਮਨ ਮੁਟਾਵ ਹੋਣ ਕਰਕੇ ਚਲੀ ਗਈ ਸੀ ਘਰ ਦੇ ਵਿੱਚੋਂ, ਤੇ ਅੱਜ ਉਹਦੇ ਪਰਿਵਾਰਕ ਵਾਸੀਆਂ ਨੇ, ਪਰਿਵਾਰ ਵਾਲਿਆਂ ਨੇ ਆ ਕੇ ਲੜਾਈ ਝਗੜਾ ਕੀਤਾ ਉਸ ਸੰਬੰਧੀ। ਪਹਿਲਕਾ ਨਿਊਜ਼, ਜੇਕਰ ਸੱਚ ਲਿਖਣਾ, ਸੱਚ ਬੋਲਣਾ ਬਗਾਵਤ ਹੈ ਤਾਂ ਸਮਝੋ ਪਹਿਲਕਾ ਨਿਊਜ਼ ਬਾਗੀ ਹੈ। ਪਤਾ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ ਹੈ। ਜੇਕਰ ਸਰਕਾਰਾਂ ਕਰ ਰਹੀਆਂ ਨੇ ਕਿਸਾਨਾਂ ਨਾਲ ਧੱਕਾ, ਨਹੀਂ ਸੁਣੀ ਜਾ ਰਹੀ ਗਰੀਬਾਂ ਦੀ ਗੱਲ, ਪੰਜਾਬ ਦਾ ਇੱਕ ਬੇਧੜਕ ਨਿਰਧੜਕ ਪਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਹਰ ਪਲ ਤੁਹਾਡੇ ਨਾਲ ਹੈ। ਜੇਕਰ ਕਿਸੇ ਨਾਲ ਹੋ ਰਹੀ ਹੈ ਬੇਇਨਸਾਫੀ, ਪ੍ਰਸ਼ਾਸਨ ਨਹੀਂ ਦੇ ਰਿਹਾ ਜਨਤਾ ਨੂੰ ਸਹੀ ਹੱਕ, ਤੁਹਾਡੀ ਆਵਾਜ਼ ਚੱਕਣ ਲਈ ਤੇ ਤੁਹਾਡੀ ਮਦਦ ਕਰਨ ਲਈ ਪਹਿਲਕਾ ਨਿਊਜ਼ ਹਰ ਟਾਈਮ ਹਰ ਵਕਤ ਤੁਹਾਡੇ ਨਾਲ। ਜੇਕਰ ਜਨਤਾ ਨਾਲ ਹੋ ਰਿਹਾ ਧੱਕਾ, ਰਾਜਨੀਤਿਕ ਨੇਤਾ ਜਾਂ ਸ਼ਰਾਰਤੀ ਆਂਸਰ ਜਨਤਾ ਨੂੰ ਕਰ ਰਹੇ ਨੇ ਪਰੇਸ਼ਾਨ, ਤੁਹਾਡੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਤਹਿਲਕਾ ਨਿਊਜ਼ ਹਰ ਵਕਤ ਹਰ ਟਾਈਮ ਤੁਹਾਡੇ ਨਾਲ ਹੈ।